ਲੰਗੇ ਦਿਨੀ ਦਿੱਲੀ ਦੰਗਿਆਂ ਨੂੰ ਕਵਰ ਕਰਨ ਗਏ ਕਈ ਪੱਤਰਕਾਰਾਂ ਨੇ ਲਿਖਿਆ ਹੈ ਕਿ ਹਿੰਦੂ ਅਤੇ ਮੁਸਲਮਾਨਾਂ ਦਰਮਿਆਨ ਅਜਿਹਾ ਭਿਆੰਕਰ ਦੰਗਾ ਉਹਨਾਂ ਨੇ ਕਦੇ ਨਹੀਂ ਦੇਖਿਆ। ਉਹਨਾਂ ਨੂੰ ਲੱਗਾ ਕਿ ਵਿਸ਼ਵਾਸ ਦੀ ਹਰ ਕੰਧ ਟਹਿ ਗਈ, ਪਰ ਇਨ੍ਹਾਂ ਹੀ ਖੰਡਰਾਂ ਦੇ ਵਿੱਚੋਂ ਅਜਿਹੀਆਂ ਕਹਾਣੀਆਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜੋ ਯਕੀਨ ਪੈਦਾ ਕਰਦੀਆਂ ਹਨ ਕਿ ਦਿੱਲੀ ਆਪਣੀ ਇਸ ਗਲਤੀ ਤੇ ਅਫਸੋਸ ਕਰੇਗੀ ਅਤੇ ਭਰੋਸੇ ਦੀ ਨਵੀਂ ਦੀਵਾਰ ਉਸਾਰੇਗੀ। ਅਜਿਹੀਆਂ ਕੁਝ ਤਸਵੀਰਾਂ ਇਸ ਸੀਸੀਟੀਵੀ ਫੁਟੇਜ ਦੇ ਨਾਲ ਸਾਹਮਣੇ ਆਈਆਂ ਹਨ, ਜਿਸ ਵਿੱਚ ਇੱਕ ਮੁਸਲਮਾਨ ਵਿਅਕਤੀ ਗਲੀ ਵਿੱਚ ਆਪਣੀ ਜਾਨ ਬਚਾਉਣ ਲਈ ਭੱਜਿਆ ਜਾ ਰਿਹਾ ਹੈ ਅਤੇ ਉਸਦੇ ਪਿੱਛੇ ਦੰਗਾਕਾਰੀਆਂ ਦੀ ਭੀੜ ਲੱਗੀ ਹੋਈ ਹੈ। ਫਿਰ ਉਹ ਅਚਾਨਕ ਡਿੱਗ ਜਾਂਦਾ ਹੈ। ਇਹ ਭੀੜ ਉਸ 'ਤੇ ਟੁੱਟ ਕੇ ਪੈ ਜਾਂਦੀ ਹੈ ਅਤੇ ਉਸਨੂੰ ਮਾਰਨ ਲੱਗਦੀ ਹੈ। ਉਸੇ ਸਮੇਂ ਗਲੀ ਵਿੱਚ ਰਹਿਣ ਵਾਲੇ ਸਿੱਖ ਪਰਿਵਾਰ ਦੇ ਵਿੱਚੋਂ ਜਿੰਦਰ ਸਿੰਘ ਸਿੱਧੂ ਬਾਹਰ ਆਉਂਦੇ ਹਨ ਅਤੇ ਉਸ ਮੁਸਲਮਾਨ ਵਿਅਕਤੀ ਨੂੰ ਦੰਗਾਕਾਰੀਆਂ ਦੀ ਭੀੜ ਵਿੱਚੋਂ ਸੁਰੱਖਿਅਤ ਕੱਢ ਕੇ ਆਪਣੇ ਨਾਲ ਲੈ ਆਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਵਿਅਕਤੀ ਦਾ ਨਾਮ ਜੀਓਦੀਨ ਹੈ, ਜਿਸ ਨੂੰ ਜਿੰਦਰ ਸਿੰਘ ਸਿੱਧੂ ਆਪਣੇ ਘਰ ਰੱਖ ਕੇ ਉਸਦੀ ਜਾਨ ਬਚਾਉਂਦੇ ਹਨ। ਜੀਓਦੀਨ ਦੇ ਛੋਟੇ ਭਰਾ ਦੇ ਦੋਸਤ ਨੇ ਇਸ ਘਟਨਾ ਬਾਰੇ ਮੀਡੀਆ ਨੂੰ ਦੱਸਿਆ ਕਿ ਜਿੰਦਰ ਸਿੰਘ ਸਿੱਧੂ ਦੀ ਬਦੌਲਤ ਹੀ ਜੀਓਦੀਨ ਦੀ ਜਾਨ ਬਚ ਗਈ ਹੈ ਅਤੇ ਹੁਣ ਉਹਨਾਂ ਦਾ ਪਰਿਵਾਰ ਉਹਨਾਂ ਲਈ ਦੁਆਵਾਂ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬੀਤੀ 25 ਫਰਵਰੀ ਦੀ ਹੈ ਅਤੇ ਇਸ ਵੀਡੀਓ ਵਿੱਚ ਸਿੱਖ ਜਿੰਦਰ ਸਿੰਘ ਸਿੱਧੂ ਦੇ ਨਾਲ 6 ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਅਤੇ ਤੁਹਾਨੂੰ ਦੱਸ ਦਈਏ ਕਿ ਜਿੰਦਰ ਸਿੰਘ ਸਿੱਧੂ ਨੇ ਜੀਓਦੀਨ ਨੂੰ 3 ਘੰਟਿਆਂ ਤੱਕ ਆਪਣੇ ਘਰ ਬਿਠਾਈ ਰੱਖਿਆ ਅਤੇ ਉਸਨੂੰ ਸ਼ਾਂਤ ਕਰਦੇ ਰਹੇ ਅਤੇ ਉਸਦੀ ਸੁਰੱਖਿਆ ਲਈ ਉਸਨੂੰ ਆਪਣੀ ਹੀ ਪੱਗ ਬੰਨ੍ਹ ਦਿੱਤੀ ਅਤੇ ਮੂੰਹ ਸਿਰ ਲਪੇਟ ਕੇ ਹੈਲਮਟ ਪਾ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਦਿੱਲੀ ਦੀ ਇਸ ਹਿੰਸਾ ਵਿੱਚ ਮਰਨ ਵਾਲਿਆਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਸੀ ਜੇਕਰ ਸਿੱਖ ਭਾਈਚਾਰੇ ਦੇ ਲੋਕ ਜ਼ਖਮੀਆਂ ਦੀ ਸਹਾਇਤਾ ਦੇ ਲਈ ਨਾ ਪਹੁੰਚਦੇ। ਤੁਹਾਨੂੰ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਲੋਕਾਂ ਨੇ ਹਿੰਸਾ ਦੌਰਾਨ ਹੋਏ ਕਈ ਜ਼ਖਮੀਆਂ ਨੂੰ ਸਮੇਂ ਤੇ ਹਸਪਤਾਲ ਪਹੁੰਚਾ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਹੈ। ਕੁਝ ਲੋਕਾਂ ਨੂੰ ਐਂਬੂਲੈਂਸ ਨਹੀਂ ਮਿਲੀ ਤਾਂ ਸੰਸਥਾ ਨੇ ਆਪਣੀਆਂ 15 ਐਂਬੂਲੈਂਸ ਹਿੰਸਾ ਗ੍ਰਸਤ ਇਲਾਕਿਆਂ ਵਿੱਚ ਭੇਜੀਆਂ। 24 ਅਤੇ 25 ਫਰਵਰੀ ਨੂੰ ਸੇਵਾ ਦਲ ਦੇ ਮੈਂਬਰਾਂ ਦੇ ਕੋਲ ਐਂਬੂਲੈਂਸ ਦੇ ਲਈ ਕਰੀਬ 70 ਫੋਨ ਕਾਲਾਂ ਪਹੁੰਚੀਆਂ। ਉਹਨਾਂ ਨੇ ਸਾਰਿਆਂ ਨੂੰ ਐਂਬੂਲੈਂਸ ਉਪਲਬਧ ਕਰਵਾ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਸੰਸਥਾ ਨੂੰ ਇਹ ਪਤਾ ਲੱਗਾ ਕਿ ਉੱਤਰ ਪੂਰਬੀ ਦਿੱਲੀ ਦੇ ਵਿੱਚ ਦੰਗੇ ਹੋ ਗਏ ਹਨ ਅਤੇ ਕਈ ਲੋਕ ਜ਼ਖਮੀ ਹਨ ਤਾਂ ਉਹਨਾਂ ਨੇ ਜ਼ਖਮੀਆਂ ਨੂੰ ਸਮੇਂ ਤੇ ਹਸਪਤਾਲ ਪਹੁੰਚਾਉਣ ਦਾ ਬੀੜਾ ਚੁੱਕਿਆ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਦੀ ਐਂਬੂਲੈਂਸ ਦੇ ਨਾਲ ਕਰੀਬ 60 ਲੋਕਾਂ ਨੂੰ ਹਸਪਤਾਲ ਸਮੇਂ ਤੇ ਪਹੁੰਚਾਇਆ ਗਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ GTB ਹਸਪਤਾਲ ਅਤੇ ਲੋਕ ਨਾਇਕ ਹਸਪੀਟਲ ਵਿੱਚ ਵੀ ਆਪਣੀਆਂ ਐਂਬੂਲੈਂਸਾਂ ਨੂੰ ਲਗਾਇਆ ਹੋਇਆ ਹੈ ਅਤੇ ਉਹ ਇਸ ਲਈ ਫ੍ਰੀ ਸੇਵਾ ਦੇ ਰਹੇ ਹਨ। आप देख रहे हैं कि हम शहीद भगत सिंह सेवा दल तमाम गाड़ियां जो कल से लगी हुई हैं इस सेवा में देख रहा हूं कि पूर्वी दिल्ली के अंदर नॉर्थ ईस्ट दिल्ली के अंदर जो माहौल इस समय बना हुआ है ये बहुत ही खतरनाक माहौल है। मैं सबसे यही निवेदन करूंगा कि किसी तरीके की भी अफवाहों से बचें और एक दूसरे पर विश्वास करें, किसी के ऊपर शक मत। ਇਸ ਤੋਂ ਇਲਾਵਾ ਹਿੰਸਾ ਗ੍ਰਸਤ ਇਲਾਕਿਆਂ ਵਿੱਚ ਰਾਹਤ ਦੇਣ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਹੈ। ਸਿਵਲ ਡਿਫੈਂਸ ਦੀ ਟੀਮ ਦੇ ਨਾਲ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁਸਤਫਾਬਾਦ, ਜ਼ਾਫਰਾਬਾਦ, ਕਰਾਵਲ ਨਗਰ, ਮੌਜਪੁਰ, ਚਾਂਦਬਾਗ, ਯਮੁਨਾ ਵਿਹਾਰ, ਬ੍ਰਹਮਪੁਰੀ, ਨੂਰ ਇਲਾਹੀ, ਰਾਜਪੂਤ ਮੁਹੱਲਾ, ਰਾਮ ਕਲੋਨੀ ਸਮੇਤ ਕਈ ਇਲਾਕਿਆਂ ਵਿੱਚ ਲੰਗਰ ਦੇ ਨਾਲ ਹੀ ਦੁੱਧ, ਬ੍ਰੈਡ ਅਤੇ ਦਵਾਈਆਂ ਦੀ ਸੇਵਾ ਪਹੁੰਚਾਈ ਹੈ। ਮਨੁੱਖਤਾ ਦੀ ਸੇਵਾ ਹੁਣ ਦੰਗਾਗ੍ਰਸਤ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੇ ਨਾਲ ਦਵਾਈਆਂ ਵੀ ਭੇਜੀਆਂ ਜਾ ਰਹੀਆਂ ਹਨ। ਪ੍ਰਬੰਧਕ ਕਮੇਟੀ ਵੱਲੋਂ ਕੈਂਪ ਵੀ ਲਗਾਏ ਜਾ ਰਹੇ ਹਨ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਪੀੜਤਾਂ ਨੂੰ ਰਾਹਤ ਪਹੁੰਚਾਉਣਾ ਸਿੱਖ ਧਰਮ ਹੈ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੀੜਤਾਂ ਨੂੰ ਰਾਹਤ ਪਹੁੰਚਾਉਣਾ ਸਿੱਖਾਂ ਦਾ ਧਰਮ ਹੈ। ਬਿਨਾਂ ਕਿਸੇ ਦਾ ਧਰਮ ਪੁੱਛੇ ਸਾਰਿਆਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਦਿੱਲੀ ਦੇ ਸਿੱਖਾਂ ਨੇ 1984 ਦੇ ਕਤਲੇਆਮ ਦਾ ਦਰਦ ਆਪਣੇ ਪਿੰਡੇ ਤੇ ਚੱਲਿਆ ਹੈ, ਇਸ ਲਈ ਪੀੜਤਾਂ ਦੇ ਦਰਦ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ। ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਸਾਰੇ ਰਿਸੋਰਸਿਸ ਉਹਨਾਂ ਲੋਕਾਂ ਦੇ ਵਾਸਤੇ ਉਹਨਾਂ ਦਾ ਧਰਮ ਨਾ ਦੇਖ ਕੇ, ਉਹਨਾਂ ਦੀ ਜ਼ਾਤ ਨਾ ਦੇਖ ਕੇ, ਬਲਕਿ ਇਨਸਾਨੀ ਚਿਹਰਾ ਦੇਖ ਕੇ ਉਹਨਾਂ ਦੇ ਵਾਸਤੇ ਖੜੀ ਆ, ਕਿਉਂਕਿ ਅਸੀਂ ਇਸ ਦਰਦ 'ਚੋਂ ਨਿਕਲੇ। ਰੱਬ ਕਿਸੇ ਨੂੰ ਦਰਦ ਨਾ ਦੇਵੇ, ਪਰ ਇਹ ਦਰਦ ਅਸੀਂ ਆਪਣੇ ਪਿੰਡ 'ਤੇ ਹੰਡਾਇਆ ਹੈ ਔਰ ਇਸ ਦਰਦ ਨੂੰ ਅਸੀਂ ਸਮਝਦੇ ਹਾਂ। ਇਸ ਕਰਕੇ ਅੱਜ ਤੋਂ ਦਿੱਲੀ ਦੇ ਉਹਨਾਂ ਕੋਨਿਆਂ ਦੀ ਉਹਨਾਂ ਤੱਕ ਅਸੀਂ ਪਹੁੰਚਣ ਦੀ ਆਪ ਜਾਵਾਂਗੇ, ਸਾਡੇ ਮੈਂਬਰ ਸਾਹਿਬਾਨ ਜਾਣਗੇ, ਸਾਡਾ ਸਟਾਫ ਉੱਥੇ ਰਹੂਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਧਿਅਸਥਾ ਕਰਕੇ ਇਸ ਅੱਗ ਨੂੰ ਤੇ ਉੱਤੇ ਠੰਡ ਪਾਈ ਜਾਵੇ, ਇਸ ਨੂੰ ਰੋਕਿਆ ਜਾਵੇ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।